ਇੱਥੇ ਹੁਣ ਤਾਂ ਇੰਤਹਾ ਹੋ ਗਈ ਜ਼ੁਲਮ ਦੀ, ਅਤੇ ਵੀਡੀਓ ਨੂੰ ਨਾ ਸਲਿਪ ਨਾ ਕਰੀਓ, ਦੇਖਿਓ ਜ਼ਰੂਰ ਪੂਰੀ ਅਤੇ ਕਮੈਂਟਸ ਲਾ। ਅਸਲਾਮ ਵਾਲੇਕੁਮ ਮੋਜ਼ਰ ਨਾਜ਼ਰੀਨ, ਨਾਜ਼ਰੀਨ ਮੈਂ ਤੁਹਾਡਾ ਮੇਜ਼ਬਾਨ ਲਿਆਕਤ ਰੀਡਾ, ਅਤੇ ਨਾਜ਼ਰੀਨ ਅੱਜ ਇੱਕ ਪ੍ਰੋਗਰਾਮ ਮੈਂ ਕਿਹਾ ਯਾਰ ਛੋਟਾ ਜਿਹਾ ਕਰ ਲਈਏ ਸ਼ੋਪ ਦੇ ਅੰਦਰ ਹੀ। ਕਮੀਜ਼ ਨੂੰ ਬਟਨ ਵੀ ਲਗਾ ਰਹੇ ਆ ਮਜ਼ਦੂਰ ਬੰਦੇ, ਤੁਹਾਨੂੰ ਪਤਾ। ਅਤੇ ਮੈਂ ਕਿਹਾ ਬਟਨ ਦੇ ਦੌਰਾਨ ਹਾਏ ਸੂਈ ਨੀਚੇ ਗਿਰ ਗਈ, ਅਤੇ ਬਟਨ ਦੌਰਾਨ ਇੱਕ ਥੋੜ੍ਹੀ ਕੁ ਆਪਣੇ ਵਿਵਰ ਨਾਲ ਗੱਪਸ਼ਪ ਵੀ ਕਰ ਲਈਏ। ਅਤੇ ਵਿਵਰ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਜੋ ਹਾਲਾਤ ਵੇ ਕਿ ਆਮ ਬੰਦਾ ਤਾਂ ਨਾ ਪੀਸਿਆ ਗਿਆ ਬਿਲਕੁਲ ਜ਼ਿਆਦਾ ਹੀ, ਜਿਹ 'ਚ ਅਸੀਂ ਵੀ ਸ਼ਾਮਿਲ ਹਾਂ ਤੁਹਾਡੇ ਨਾਲ। ਅਤੇ ਸਮਝ ਨਹੀਂ ਲੱਗ ਰਹੀ ਕਿ ਕੀ ਕਰੀਓ, ਬਸ ਇੱਕ ਮਿਹਰਬਾਨੀ ਕਰੀਓ, ਵੀਡੀਓ ਨੂੰ ਨਾ ਅੱਗੇ ਨਾ ਕਰ ਦਿਓ, ਦੇਖਿਓ ਜ਼ਰੂਰ ਯਾਰ। ਇਹ ਨਹੀਂ ਗੱਲ ਕਿ ਮੇਰੇ ਵਿਊਜ਼ ਦੇ ਵਜ੍ਹਾ ਤੋਂ ਮੈਂ ਕਹਿ ਰਿਹਾ ਕਿ ਮੇਰੇ ਵਿਊਜ਼ ਬਦਲ ਗਏ, ਅਜੇ ਵੈਸੇ ਹੀ ਦੇਖਿਓ। ਅਤੇ ਵਗ ਦਿਲੋਂ ਵੀਡੀਓ ਬਣਾ ਰਿਹਾ ਮੈਂ, ਅਤੇ ਹੁਣ ਤਾਂ ਇਹ ਹਾਲਾਤ ਵੇ ਕਿ ਘਰ ਪਤਾ ਚੱਲਦਾ ਨਾ ਜਦੋਂ ਕਿ ਘਿਓ ਮੁੱਕ ਗਿਆ ਜਾਂ ਆਇਲ ਮੁੱਕ ਗਿਆ ਵੇ, ਤਾਂ ਝਟਕਾ ਲੱਗ ਜਾਂਦਾ ਵੇ ਕਿ ਯਾਰ, ਕਿਉਂਕਿ 600 ਤੋਂ ਉੱਪਰ ਤਾਂ ਆਇਲ ਹੋ ਗਿਆ ਵੇ, ਕਸ਼ਮੀਰ ਆਇਲ ਹੋ ਗਏ ਆ, ਦੂਜੇ ਥੋੜ੍ਹਾ ਬਹੁਤ ਕੰਮ ਹੀ ਕਈ ਜ਼ਿਆਦਾ ਵੀ ਨੇ। ਅਤੇ ਮੈਂ 640-650 ਦੇ ਰਾਊਂਡ ਅਬਾਊਟ, ਅਤੇ ਹੋਰ ਤੋਂ ਇਲਾਵਾ ਤੁਸੀਂ ਕਹਿ ਲਓ ਕਿ ਬਾਕੀ ਵੀ ਰੋਜ਼ਮਰਾ ਦੀਆਂ ਚੀਜ਼ਾਂ, ਸਿਰਫ ਔਰ ਸਿਰਫ ਮੈਂ ਵੀਡੀਓ ਬਣਾਉਂਦਾ, ਨਾਲ ਮੈਂ ਬਟਨ ਵੀ ਲਗਾ ਰਿਹਾ ਯਾਰ, ਲਾਈਟ ਵੀ ਦੇਖ ਲਓ ਕਿ ਆ ਲਾਈਟ ਵੀ ਚੱਲ ਰਹੀ ਹੈ। ਅਤੇ ਵੀਡੀਓ ਬਣਾਉਣ ਦਾ ਮਕਸਦ ਤਾਂ ਮੇਰਾ ਇਹ ਵੇ ਕਿ ਆਮ ਬੰਦੇ ਨੂੰ ਜਿਹੜੇ ਪੀਸੇ ਜਾ ਰਹੇ ਆ, ਉਹਨਾਂ ਦੀ ਫੇਵਰ ਵਾਸਤੇ ਮੈਂ ਵੀਡੀਓ ਬਣਾ ਰਿਹਾ ਵਾਂ, ਜਿਨ੍ਹਾਂ 'ਚ ਮੈਂ ਖੁਦ ਆਪ ਵੀ ਸ਼ਾਮਿਲ ਹਾਂ। ਅਤੇ ਤੁਸੀਂ ਆਪ ਮੈਨੂੰ ਦੱਸ ਦੇਵੋ ਕਿ ਜਿਹੜਾ ਕੋਈ ਭਾਈ ਜਾਂ ਕੋਈ ਭੈਣ 25-30 ਹਜ਼ਾਰ ਰੁਪਈਆ ਮੰਥਲੀ ਮਹੀਨਾ ਕਮਾ ਰਹੇ ਨੇ, ਉਹ ਕਿੱਦਾਂ ਮੈਨੇਜ ਕਰਨ ਘਰ ਨੂੰ? ਮੈਨੂੰ ਅੱਜ ਤੱਕ ਹਾਲ ਤੱਕ ਇਹ ਨਹੀਂ ਸਮਝ ਲੱਗੀ ਹੈ। ਸਾਡੇ PTI ਦੇ ਭਾਈ ਵੀ ਨੇ, ਬੜੇ ਜੋਸ਼ੀਲੇ ਨੇ, ਬੜੇ ਨੂਨ ਲੀਗ ਦੇ ਵੀ ਬੜੇ ਜੋਸ਼ੀਲੇ ਮੈਂ ਦੇਖੇ ਨੇ, ਕਿਉਂਕਿ ਮੈਂ ਅੱਗੇ ਇੱਕ ਗਰੁੱਪ ਵੀ ਚਲਾ ਰਿਹਾ ਆਪਣਾ ਡਾਰ ਸਪੋਰਟਸ ਦੇ ਨਾਮ ਤੋਂ ਹੀ, ਵਟਸਐਪ ਗਰੁੱਪ ਵੇ, ਉਹ 'ਚ ਮੈਂ ਗਰਮੀ ਸਰਦੀ ਦੇਖਦਾ ਨਵਾਂ ਸਭ ਦੀ। ਸਿਰਫ ਮੈਂ ਉਹਨਾਂ ਨਾਲ ਵੀ ਮੇਰੀ ਇੱਕੋ ਇਹੋ ਹੀ ਇਲਤਜਾ ਹੁੰਦੀ ਹੈ ਕਿ ਯਾਰ, ਆਪਣੇ ਜਿਹੜੇ ਤੁਹਾਡੇ ਤੋਂ ਉੱਪਰ ਤੁਹਾਡੇ ਲੀਡਰ ਨੇ, ਉਹਨਾਂ ਕੋਲ ਸਿਰਫ ਇਹ ਤਾਂ ਪੁੱਛੋ ਕਿ ਅਸੀਂ 25-30 ਹਜ਼ਾਰ ਦੇ ਨਾਲ ਕਿਸ ਤਰ੍ਹਾਂ ਮੈਨੇਜ ਕਰੀਏ ਘਰ ਨੂੰ। ਸਮਝ ਨਹੀਂ ਲੱਗਦੀ ਪਈ ਅੱਜ ਕੱਲ੍ਹ ਤਾਂ, ਅੱਜ ਕੱਲ੍ਹ 1000-1200-1500 ਜੇਬ ਵਿੱਚ ਹੋਵੇ ਤਾਂ ਮੁੱਕਦੇ ਪਤਾ ਨਹੀਂ ਚੱਲਦਾ। ਟਮਾਟਰ ਆ ਗਏ, ਅਦਰਕ ਆ ਗਈ, ਧਨੀਆ ਆ ਗਿਆ ਜੀ, ਸਬਜ਼ੀ ਆ ਗਈ, 500-700 ਹੋ ਗਿਆ। ਅਤੇ ਸਿਰਫ ਇਹ ਆਪਣੇ ਉਹ ਭਾਈਆਂ ਨਾਲ ਵੀ ਗੁਜ਼ਾਰਿਸ਼ ਵੇ ਕਿ ਯਾਰ, ਤੁਸੀਂ ਇੱਕ ਦੂਜੇ ਨਾਲ ਚਮਕਦੇ ਰਹਿੰਦੇ ਹੋ, ਗੁੱਸੇ ਹੁੰਦੇ ਰਹਿੰਦੇ ਹੋ, ਪਰ ਤੁਸੀਂ ਕਦੀ ਇਹ ਚੀਜ਼ ਸੋਚੀਏ ਕਿ ਅਸੀਂ ਆਪਣੇ ਲੀਡਰਾਂ ਕੋਲ ਇਹ ਵੀ ਪੁੱਛਣਾ ਵੇ? ਬਸ ਸਿਰਫ ਇਹੋ ਹੀ ਵਜ੍ਹਾ ਕਿ ਫੋਟੋ ਸੈਸ਼ਨ ਹੀ ਹੈ, ਬਸ ਉਹਨਾਂ ਦੇ ਨਾਲ ਖਲੋ ਕੇ ਬਸ ਫੋਟੋਆਂ ਖਿਚਾ ਲਈਆਂ, ਤਾਂ ਉਹਨਾਂ ਪਤਾ ਲੱਗੇ ਜੀ ਯਾਰ ਉਹਦਾ ਤਲਕ, ਉਹਦਾ ਬੜਾ ਕਿਆ ਬਾਤ ਹੈ ਜੀ, ਉਹਦੇ ਤਲਕ ਦੀ ਕਿਆ ਬਾਤ ਹੈ, ਕੁਛ ਵੀ ਨਹੀਂ ਤਲਕ ਵਾਸਤੇ ਨਾਲ ਯਾਰ ਗਈ ਹੈ। ਮੈਂ ਤਾਂ ਕਹਿੰਦਾ ਨਵਾਂ ਕਿ ਜਬ ਕਰਮ ਹੋਤਾ ਹੈ ਹਾਲਾਤ ਬਦਲ ਜਾਤੇ ਹੈ, ਬਾਕੀ ਆ ਕੇ ਰੱਬ ਦੀ ਕਰਮ ਨਵਾਜ਼ੀ ਹੋਣੀ ਚਾਹੀਦੀ ਹੈ, ਅਤੇ ਬਾਕੀ ਆ ਕੇ ਅੱਲਾਹ ਤਾਲਾ ਸਾਡੇ ਹਾਲਾਂ 'ਤੇ ਵੀ ਰਹਿਮ ਕਰੇ, ਬਾਕੀ ਜਿਸ ਤਰ੍ਹਾਂ ਦੀ ਆਵਾਮ ਹੈ ਉਸ ਤਰ੍ਹਾਂ ਦੇ ਹੁਕਮਰਾਨ ਨੇ। ਆਵਾਮ ਤਾਂ ਸਾਡੀ ਅੱਲਾਹ ਦੀ ਮਿਹਰਬਾਨੀ ਨਾਲ 30 ਸਕਿੰਟ ਇਸ਼ਾਰਿਆਂ 'ਤੇ ਨਹੀਂ ਖਲੋ ਸਕਦੀ, ਹੋਰ ਅਸੀਂ ਕੀ ਕਰਨਾ ਵੇ? ਕਿਉਂਕਿ ਅਸੀਂ ਤਾਂ ਇਸ਼ਾਰਿਆਂ 'ਤੇ ਵੀ ਨਹੀਂ ਖਲੋ ਸਕਦੇ, 30 ਸਕਿੰਟ ਸਾਡੇ 'ਚ ਸਬਰ ਦਾ ਮਾਦਾ ਹੀ ਇੰਨਾ ਕੁ ਵੇ। ਅਤੇ ਬਾਕੀ ਤੁਸੀਂ ਆਪ ਇੱਕ ਹਿਸਾਬ ਲਗਾ ਲਓ ਕਿ ਤੁਸੀਂ ਕਮੈਂਟਸ ਵਿੱਚ ਵੀ ਲਾਜ਼ਮੀ ਦੱਸਿਓ ਕਿ ਯਾਰ, ਜ਼ੁਲਮ ਦੀ ਨਾ, ਜ਼ੁਲਮ ਦੀ ਮੈਂ ਕਹਿੰਦਾ ਵਾਂ ਕਿ ਜ਼ੁਲਮ ਦੀ ਇੰਤਹਾ ਹੋ ਗਈ ਹੈ। ਗੌਰ ਕਰੋ ਯਾਰ, ਤੁਸੀਂ ਕੁਛ ਆਪ ਖੁਦ ਵੀ ਗੌਰ ਕਰੋ। ਨੂਨ ਲੀਗ ਵਾਲੇ ਆਪਣੀਆਂ ਜਲਸੇ ਜਲੂਸ ਕੱਢੀ ਜਾ ਰਹੇ ਆ, PTI ਵਾਲੇ ਆਪਣੇ ਜਲਸੇ ਜਲੂਸ ਕੱਢੀ ਜਾ ਰਹੇ ਆ, ਸਮਝ ਨਹੀਂ ਲੱਗਦੀ ਯਾਰ ਉਹ। ਮੈਨੂੰ ਇੱਕ ਹੋਰ ਗੱਲ ਦੀ ਇਹ ਨਹੀਂ ਸਮਝ ਲੱਗਦੀ ਹੈ ਕਿ ਜਿਹੜੀ ਆਵਾਮ ਪੀਸੀ ਜਾ ਰਹੀ ਹੈ,
ਉਹ ਕਿੱਧਰ ਵੀ ਉਹ ਪੀ ਟੀ ਆਈ ਵਾਲੇ ਨੂਨ ਲੀਗ ਵਾਲੀ ਆ ਕਿੱਧਰ ਹੈ? ਸਿਰਫ ਇਹ ਹੈ ਕੋਈ, ਮੈਂ ਤਾਂ ਇੱਕ ਚੀਜ਼ ਉਹਨਾਂ ਨੂੰ ਸਮਝਾਉਂਦਾ ਵਾਂ ਕਿ ਯਾਰ ਕਿ ਇਹ ਚੀਜ਼ਾਂ ਖਾਸ ਕਰ ਕੋਈ ਵੀ ਤੁਹਾਡੇ ਕੋਲ ਕੈਂਡੀਡੇਟ ਵੀ ਆਵੇ ਅਤੇ ਹੁਕਮਰਾਨ ਵੀ ਕੋਈ ਵੀ ਹੋਵੇ, ਉਹਨਾਂ ਨੂੰ ਸਵਾਲ ਤਾਂ ਕਰੋ ਯਾਰ ਕਿ ਸਾਨੂੰ ਮੈਨੇਜ ਕਰਨਾ ਤਾਂ ਦੱਸ ਸਿਖਾ ਦੇਵੋ ਨਾ ਉਹਨਾਂ ਨੂੰ। ਅੱਲਾ ਮਿਹਰਬਾਨੀ ਨਾਲ, ਅੱਲਾ ਦੀ ਮਿਹਰਬਾਨੀ ਨਾਲ ਮੈਂ ਕਹਿੰਦਾ ਵਾਂ ਕਿ ਆਮ ਚੀਜ਼ਾਂ ਦੇ ਰੇਟਾਂ ਦਾ ਨਹੀਂ ਪਤਾ ਹੁੰਦਾ, ਉਹਨਾਂ ਲਿਖ ਕੇ ਕਾਪੀ 'ਤੇ ਪੈਨਸਲਾਂ 'ਤੇ ਲਾਉਂਦੇ ਨੇ ਅਤੇ ਸਾਡੇ ਦਿਲਾਂ 'ਤੇ ਲਿਖੇ ਜਾਂਦੇ ਨੇ ਕਿ 200-250 ਰੁਪਏ ਪਿਆਜ਼ ਹੋਵੇ, ਆ ਟਮਾਟਰ ਹੁਣ ਸਸਤੇ ਹੋਏ ਨੇ। ਸਮਝ ਨਹੀਂ ਲੱਗਦੀ ਕਿ ਯਾਰ ਕੀ ਕਰੀਏ ਅਤੇ ਕੀ ਨਾ ਕਰੀਏ। ਸੁਬਹਾ 10 ਵਜੇ ਆਈਦਾ, ਸਾਨੂੰ 11 ਵਜੇ ਆਈਦਾ ਵੇ, ਅਤੇ ਫਿਰ ਉਹ ਹੀ ਹੈ, ਫਿਰ ਨਿਸ਼ਾਨਾ ਹੀ ਆ ਕਿ ਕੰਮ ਨਹੀਂ ਕਰਦੇ, ਖਰਚੇ ਨਹੀਂ ਪੂਰੇ ਹੁੰਦੇ ਪਏ। ਪਤਾ ਨਹੀਂ ਉਹ ਕਿਹੜੇ ਲੋਕ ਆ ਵੇ ਜਿਹੜੇ 2 ਨੰਬਰ ਹੀ ਕਦੀ ਕੀਤੀ ਨਹੀਂ ਹੈ, ਚੈਨਲ ਸ਼ੁਰੂ ਕੀਤਾ ਵੇ ਵੀ ਤਨਕੀਦ ਦਾ ਨਿਸ਼ਾਨਾ ਵਾ। ਅਤੇ ਬਸ ਪਰ ਕੋਈ ਨਹੀਂ, ਅੱਲਾ ਮਾਲਕ ਹੀ ਸੀ। ਮੈਂ ਕਿਸ ਟਾਈਮ ਮਿਸਾਲ ਦੇਣਾ ਨਾ ਵਾ, ਕਿਹੜਾ ਕੋਈ ਅਸੀਂ ਜੂਆ ਖੇਲਿਆ ਜਾਂ ਕੋਈ ਗਲਤ ਕੰਮ ਕੀਤਾ ਵੇ, ਵਰਕਿੰਗ ਕਰ ਰਹੇ ਹਾਂ, ਸਟਰਗਲ ਕਰ ਰਹੇ ਹਾਂ, ਕੋਈ ਨਹੀਂ ਅੱਲਾ ਮਾਲਕ ਹੈ। ਲੋਕ ਪਤਾ ਨਹੀਂ ਸਾਨੂੰ ਘੱਟ ਪਸੰਦ ਕਰਦੇ ਨੇ ਲੋਕ ਅੱਜ ਕੱਲ੍ਹ, ਅਤੇ ਮੈਂ ਤਾਂ ਇੱਕ ਚੀਜ਼ ਜਾਣਦਾ ਵਾਂ ਕਿ ਲੋਕ ਸਿਰਫ ਔਰ ਸਿਰਫ ਨਾ ਸਾਡੇ ਐਂਕਰ ਜਿਹੜੇ, ਮੈਂ ਇੱਕ ਚੀਜ਼ ਹੋਰ ਵੀ ਤੁਹਾਨੂੰ ਦੱਸ ਦੇਵਾਂ ਕਿ ਸਾਡੇ ਜਿਹੜੇ ਮੇਨ ਐਂਕਰ ਨੇ ਵੱਡੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਵਾਂ, ਬੜੀ ਦਿਲੋਂ ਰਿਸਪੈਕਟ ਕਰੀਦੀ ਹੈ। ਸਮਝ ਨਹੀਂ ਲੱਗਦੀ ਹੈ, ਮਾਸ਼ਾਅੱਲਾ ਉਹ ਠੀਕ ਕਮਾਉਂਦੇ ਵੀ ਠੀਕ ਯਾਰ, ਸਿਰਫ ਮੈਂ ਕਦੀ ਉਹਨਾਂ ਦੇ ਇਹ ਨਹੀਂ ਕਦੀ ਦੇਖਿਆ ਕਿ ਮਾੜੇ ਬੰਦੇ ਵਾਸਤੇ, ਸਿਰਫ ਇਹ ਹੀ ਦੇਖਿਆ ਕਿ ਸਿਆਸਤ ਵਿੱਚ ਇਹ ਹੋ ਗਿਆ, ਸਿਆਸਤ ਵਿੱਚ ਉਹ ਹੋ ਗਿਆ, ਉਹ ਇੱਦਾਂ ਦਾ ਅਤੇ ਉਦਾਂ ਦਾ ਵੇ, ਸਿਰਫ ਇਹ ਮੈਂ ਚੀਜ਼ ਨਹੀਂ ਦੇਖਦਾ ਪਿਆ ਕਿ ਕਦੀ ਉਹ ਇਹ ਨਹੀਂ ਬੋਲਿਆ ਕਿ ਯਾਰ ਗਰੀਬ ਬੰਦਾ ਕਿਸ ਤਰ੍ਹਾਂ ਮੈਨੇਜ ਕਰੇਗਾ। ਅੱਲਾ ਮਾਫ਼ ਕਰੇ, ਅੱਲਾ ਮਾਫ਼ ਕਰੇ, ਜਿਵੇਂ ਖੁਦਕੁਸ਼ੀ ਹੈ ਤਾਂ ਹਰਾਮ ਹੈ, ਪਰ ਅੱਲਾ ਤਾਲਾ ਮਾਫ਼ ਕਰੇ ਜੋ ਹਾਲਾਤ ਇਹ ਸਾਡੇ ਸਿਆਸਤਦਾਨ ਜਾਂ ਸਾਡੇ ਜਿਹੜੇ ਵੱਡੇ ਆ ਕਰ ਦਿੰਦੇ ਆ ਨਾ, ਉਹ ਲੋਕ ਕਰਨ 'ਤੇ ਮਜਬੂਰ ਹੋ ਜਾਂਦੇ ਨੇ। ਪਰ ਬਾਕੀ ਅੱਲਾ ਤਾਲਾ ਬਚਾਈ ਰੱਖੇ ਇਸ ਕੰਮ ਤੋਂ, ਗਲਤ ਕੰਮ ਹੈ, ਖੁਦਕੁਸ਼ੀ ਸਾਡੇ ਮਜ਼ਹਬ ਵਿੱਚ ਹੀ ਹਰਾਮ ਹੈ। ਅਤੇ ਬਾਕੀ ਇਹ ਕਿ ਮੇਰੀ ਵੀਡੀਓ ਨੂੰ ਨਾ ਲਾਈਕ ਕਰੀਓ ਅਤੇ ਕਮੈਂਟਸ ਲਾਜ਼ਮੀ ਕਰੀਓ, ਅਤੇ ਬਾਕੀ ਸਮੇਂ ਮੈਂ ਤੁਸੀਂ ਤੁਹਾਨੂੰ ਮੈਂ ਦੱਸਦਾ ਕਿ ਮੈਂ ਸ਼ਟਲ ਨਾ ਦੁਕਾਨ ਦਾ ਸੁੱਟ ਕੇ, ਕਿਉਂਕਿ ਬਾਹਰ ਸ਼ੋਰ ਜ਼ਿਆਦਾ ਹੁੰਦਾ ਵੀ ਇਸ ਟਾਈਮ, ਅਤੇ ਉਹ ਮੈਂ ਵੀਡੀਓ ਮੈਂ ਬਸ ਦਿਲ ਕਰ ਰਿਹਾ ਸੀ, ਦਿਲ ਦੇ 'ਚ ਹੈ ਕਹਿ ਲਓ ਗੁਬਾਰ ਸੀ ਕਿ ਯਾਰ ਵੀਡੀਓ ਮੈਂ ਨਾ ਬਣਾਵਾਂ, ਕਿ ਹੁਣ ਤਾਂ ਇੰਤਹਾ ਹੋ ਗਈ ਜ਼ੁਲਮ ਦੀ, ਅਤੇ ਵੀਡੀਓ ਨੂੰ ਨਾ ਸਲਿਪ ਨਾ ਕਰੀਓ, ਦੇਖਿਓ ਜ਼ਰੂਰ ਪੂਰੀ ਅਤੇ ਕਮੈਂਟਸ ਲਾਜ਼ਮੀ ਕਰੀਓ। ਇਸ ਵਜ੍ਹਾ ਤੋਂ ਨਹੀਂ ਕਿ ਵਿਊਜ਼ ਵਧਣਗੀਆਂ, ਕੋਈ ਨਹੀਂ ਆਇਆ ਨਹੀਂ ਵਜ੍ਹਾ, ਅੱਗੇ ਵੀ 700 ਤੋਂ ਉੱਪਰ ਵੀਡੀਓ ਲਗਾਈ ਤੀਆਂ ਨਾ ਚੈਨਲ 'ਤੇ, ਅਤੇ ਮੈਂ ਇਸ ਵਜ੍ਹਾ ਤੋਂ ਨਹੀਂ ਕਹਿ ਰਿਹਾ, ਮੈਂ ਸਿਰਫ ਇਸ ਵਜ੍ਹਾ ਤੋਂ ਕਹਿ ਰਿਹਾ ਕਿ ਯਾਰ ਜ਼ਿਆਦਾ ਤੋਂ ਜ਼ਿਆਦਾ ਨੂੰ ਸ਼ੇਅਰ ਵੀ ਕਰੋ, ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮਿਹਰਬਾਨੀ ਸਬਸਕ੍ਰਾਈਬ ਵੀ ਕਰ ਲੈਣ ਯਾਰ, ਜਿਹੜੇ ਕੋਈ ਅਸੀਂ ਫਨੀ ਵੀਡੀਓ ਬਣਾਉਂਦੇ ਹਾਂ ਅਤੇ ਉਹ 'ਤੇ ਵੀ ਸਾਨੂੰ ਐਪਰੀਸ਼ੀਏਟ ਕਰਿਆ ਕਰੋ ਯਾਰ, ਜਿਹੜੇ ਕੋਈ ਕਮੈਂਟਸ ਲਾਜ਼ਮੀ ਕਰਿਆ ਕਰੋ। ਅਤੇ ਬਾਕੀ ਹੋਰ ਅਸੀਂ ਕੀ ਕਹਿ ਸਕਦੇ ਯਾਰ, ਮਹਿੰਗਾਈ ਦਾ ਅੱਲਾ ਤਾਲਾ ਸਾਡੇ ਹੁਕਮਰਾਨਾਂ ਨੂੰ ਹਦਾਇਤ ਦੇਵੇ, ਅਕਲ ਅਤੇ ਸ਼ੌਰ ਦੇਵੇ, ਅਤੇ ਮਿਲ ਬੈਠ ਕੇ ਨਾ ਹਕੂਮਤ ਨੂੰ, ਮੁਲਕ ਨੂੰ ਚਲਾਉਣ ਦੀ ਤੋਫੀਕ ਅਤਾ ਫਰਮਾਵੇ ਇਹਨਾਂ ਸਾਰਿਆਂ ਨੂੰ। ਸਿਰਫ ਕੀ ਹੈ ਔਰ ਮੈਂ ਇੱਕ ਪਹਿਲੇ ਪ੍ਰੋਗਰਾਮ ਸੀ ਕਿ ਰੌਲਾ ਸਾਰਾ ਕੁਰਸੀ ਦਾ ਹੀ ਹੈ, ਕੋਈ ਗਰੀਬ ਬੰਦੇ ਦਾ ਕੋਈ ਪਰੇਸ਼ਾਨੀ ਹਾਲ ਨਹੀਂ ਹੈ, ਜਲਸੇ ਜਲੂਸ ਕੱਢ ਲੈਣਗੇ, ਇਹ ਨਹੀਂ ਪਤਾ ਲੱਗਾ ਗਰੀਬ ਬੰਦੇ ਦੇ ਘਰ 'ਤੇ ਅੱਗੇ ਰੋਟੀ ਨਹੀਂ ਪੱਕ ਰਹੀ ਸਹੀ ਤਰ੍ਹਾਂ, ਅਤੇ ਉਹ ਕੀ ਕਰੇਗਾ? ਅਤੇ ਪਰ ਫਿਰ ਵੀ ਲੋਕ ਦੇਖ ਲਵੋ ਚੱਲੀ ਜਾ ਰਿਹਾ ਸਿਲਸਿਲਾ, ਇਹ ਅਲਹਮਦੁਲਿਲਾ ਕਿਆਮਤ ਤੱਕ ਚੱਲਣਾ ਵੇ। ਬਾਕੀ ਇਹਨਾਂ ਨੂੰ ਇਹੀ ਕਹਿਣਾ ਕਿ ਉਹ ਮੌਤ ਤੁਹਾਨੂੰ ਯਾਰ, ਮੌਤ ਵੀ ਤਾਂ ਯਾਦ ਰੱਖੋ ਨਾ, ਕਿੰਨੇ ਹੁਕਮਰਾਨ ਵੀ ਆਏ ਆ ਅਤੇ ਮਰ ਗਏ ਆ ਨਾ, ਜਿਹੜਾ ਚੰਗਾ ਹੁੰਦਾ ਉਹਨੂੰ ਲੋਕ ਯਾਦ ਕਰਦੇ ਆ ਕਿ ਉਹ ਲੋਕ, ਜਿੱਦਾਂ ਸਾਡੇ ਕਾਇਦ ਸੀ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ, ਲੋਕ ਉਹਨਾਂ ਨੂੰ ਹਾਲੇ ਤੱਕ ਆਪਣੀ ਦਿਲੋਂ ਜਾਨ ਉਹਨਾਂ 'ਤੇ ਕੁਰਬਾਨ ਕਰ ਦਿੰਦੇ ਨੇ। ਕੀ ਵਜ੍ਹਾ? ਕਿ ਉਹ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਅੱਛੇ ਕੰਮ ਕੀਤਾ, ਤਾਂ ਤੁਸੀਂ ਵੀ ਕੋਈ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਕੋਈ ਗਰੀਬ ਬੰਦੇ ਅਸੀਂ ਅੱਛਾ ਕੰਮ ਕਰ ਲਓ ਯਾਰ, ਮਿਹਰਬਾਨੀ ਕਰ ਲਵੋ। ਸਫੈਦ ਪੋਸ਼ਾਂ ਨੂੰ ਦੇਖ ਲਓ ਜਿਹੜੇ ਲੋਕਾਂ ਨੇ ਇਹ ਹੱਥ ਨਹੀਂ ਫੈਲਾਏ ਹੋਏ,
ना उन्होंने फैलाना है सफेद पोशा तो देखो तुम सफेद पोश जो है तबका उन्होंने तो देखो कि वह किस तरह मैनेज घर में करते पे ने वो घुट घुट के करते ने रोंदे पिटते करते पे तो कोई हया कोई शर्म करो यार मेहरबानी वो चाहे पी टी आई है चाहे नून लीग है चाहे पीपल पार्टी है कोई भी है तो मैं अपने कह लो कि साफी भाइयों भी यह कहना वा कि यार इस पास ना जरा क थोड़ा कजोर दवो ताड़ी मेहरबानी क्या देखो ना बैठ के किसी सियासतदान बिठाओ ना उन्होंने कहो ना 25-30 हज़ार न किस तरह मैनेज करिए मैनू मेरे ख्याल ना कोई 60% 70% हिसाब ना तो लोग ऐसे ने जिन्हें 25-30 हज़ार 35 हज़ार तनखा होंगी है उल्ला माफ करो ना मकान किराए तो हो आलम होएगा जो साढ़ा किराए तो है मकान 10 हज़ार किराया भी देना दुकान का किराया भी देना तो बाकी है नजरे करम करियो लाजमी वीडियो में ज़्यादा तो ज़्यादा शेयर करियो तो कमेंट्स के लाजमी लाजमी ना अपने जो भी तेरे दिल की गल लाजमी करियो बाकी जिंदगी ने वफा की दोबारा मुलाकात होगी अल्लाह हाफिज़।